ਸਭ ਤੋਂ ਪਹਿਲਾਂ ਇਹ ਆਪਣੇ ਕੋਲ ਗੱਡੀਆਂ Swift Desire ਆ ਦੋਸਤੋ white color ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅਰੂਮ ਕੰਡੀਸ਼ਨ ਗੱਡੀਆਂ ਮਿਲਣਗੀਆਂ ਇੱਕਦਮ ਬ੍ਰਾਂਡ ਨਿਊ ਟਾਇਰਾਂ ਬ੍ਰਾਂਡ ਨਿਊ ਉਲਾਇਨ ਹੈ ਅੱਜ ਦੀ ਵੀਡੀਓ ਉਹਨਾਂ ਲਈ ਸਪੈਸ਼ਲ ਕਸਟਮਰਸ ਦੇ ਲਈ ਹੈ ਜਿਹੜੇ ਕੀ ਸ਼ੋਅਰੂਮ ਦੇ ਵਿੱਚ ਗੱਡੀ ਖਰੀਦਣ ਜਾ ਰਹੇ ਹਨ ਪਲੀਜ਼ ਜੇ ਤੁਹਾਡਾ ਕੋਈ ਹਨਾ ਦੋਸਤ ਮਿੱਤਰ ਜਾਂ ਕੋਈ ਰਿਸ਼ਤੇਦਾਰ ਵਗੈਰਾ ਸ਼ੋਅਰੂਮ ਚੱਲਿਆ ਗੱਡੀ ਲੈਣ ਲਈ ਸਪੈਸ਼ਲ ਕਹਿ ਦੇਣਾ ਇਹ ਵੀ ਵੀਡੀਓ ਉਹਨਾਂ ਦੇ ਲਈ ਹੈਗੀ ਹੈ ਕਿਉਂਕਿ ਗੱਡੀਆਂ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਨੇ ਬ੍ਰੈਂਡ ਨਿਊ ਹੈ ਹੈਗੀਆਂ ਨੇਗੀਆਂ ਠੀਕ ਹੈ ਜੀ ਤੇ ਸ਼ੋਰੂਮ ਕੰਡੀਸ਼ਨ ਇਹਨਾਂ ਦੀ ਤੇ ਰੇਟ ਵੀ ਇਹਨਾਂ ਦੇ ਵਧੀਆ ਹੋਣਗੇ ਦੋਸਤੋ ਰੇਟ ਨੂੰ ਲੈ ਕੇ ਥੋੜਾ ਜਿਹਾ ਇਸ਼ੂ ਨਾ ਕਰੋ ਕਿ ਰੇਟ ਵਧਿਆ ਰਿਹਾ ਕਿਉਂਕਿ ਗੱਡੀ ਦੀ ਕੰਡੀਸ਼ਨ ਹੈ ਇਹ ਦੋਸਤੋ 2016 ਮਾਡਲ ਹੈ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਲਓ ਸ਼ੋਰੂਮ ਕੰਡੀਸ਼ਨ ਹੈ ਹਨਾ ਸਾਰੀ 9000 ਕਿਲੋਮੀਟਰ ਚੱਲੀ ਗਈ ਹੈ ਓਨ ਰਿਕਾਰਡ ਦੋਸਤੋ 9000 ਬਸ ਓਨਲੀ ਸਟੇ ਡਿਜ਼ਾਇਰ 2016 ਮਾਡਲ ਜੱਪੇ ਦੇ ਰੇਟ ਦੀ ਗੱਲ ਕਰੀਏ ਇਹਨਾਂ ਨੇ ਡਿਮਾਂਡ ਰੱਖੀ ਜੀ ਇਹਦੀ 6.5 ਲੱਖ ਰੁਪਇਆ ਫਿਕਸ ਪ੍ਰਾਈਸ ਨਹੀਂ ਹੈਗਾ ਔਨ ਦੀ ਟੇਬਲ 네ਗੋਸ਼ੀਏਬਲ ਹੋ ਜਾਣਗੇ Swift Desire so ਦੋਸਤੋ ਇਹ ਜੀ ਤੁਹਾਡੇ ਫੋਨ ਦੀ ਹੋਮ ਸਕਰੀਨ ਹੈ ਤੁਹਾਨੂੰ ਉਹ ਨਾ PV13 ਪ੍ਰੋਡਕਸ਼ਨ ਦੇ ਨਾਲ ਇੱਕ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਿਖ ਰਿਹਾ ਜੇ ਤੁਸੀਂ ਹਾਲ ਤੱਕ ਉਸ ਦੇ ਉੱਪਰ ਕਲਿੱਕ ਨਹੀਂ ਕੀਤਾ ਤਾਂ ਪਲੀਜ਼ ਕਲਿੱਕ ਕਰਕੇ ਮੇਰੀ ਥੋੜੀ ਜੀ ਸਪੋਰਟ ਜਰੂਰ ਕਰ ਦਿਆ ਕਰੋ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ so Swift ਦੀ ਗੱਲ ਹੋ ਰਹੀ ਸੀਗੀ ਜੀ ਇਹ ਕੀ ਸੀਗੀ Desire 16 ਮਾਡਲ 9000 ਕਿਲੋਮੀਟਰ ਚੱਲੀ ਹੋਈ ਸੀ 6.5 ਲੱਖ ਰੁਪਏ ਡਿਮਾਂਡ ਹੈ ਇਸ ਤੋਂ ਬਾਅਦ ਆਪਣੇ ਕੋਲ ਬਰੀਜ਼ਾ ZDI ਮਾਡਲ ਆ ਦੋਸਤੋ ਟਾਪ ਮਾਡਲ ਹੈ ZDI ਕੰਡੀਸ਼ਨ ਤੁਹਾਡੇ ਦੇ ਸਾਹਮਣੇ ਕਿ ਮਤਲਬ ਸ਼ੋਅਰੂਮ ਕੰਡੀਸ਼ਨ ਮੈਂ ਆ ਵਰਡ ਤਾਂ ਹੀ ਕਹਿ ਰਿਹਾ ਗੱਡੀਆਂ ਐਕਚੁਅਲ ਦੀ ਵਿੱਚ ਸ਼ੋਅਰੂਮ ਕੰਡੀਸ਼ਨ ਹੈ ਬਹੁਤ ਹੀ ਘੱਟ ਚੱਲੇ ਹੋਈਆਂ ਕੋਈ 9000 ਚੱਲੇ ਹੋਈ ਕੋਈ 10000 ਚੱਲੇ ਕੋਈ 6000 ਚੱਲੇ ਹੋਈ ਕੋਈ 7000 ਚੱਲੇ ਇੰਨੀ ਗੱਲ ਚੱਲੀ ਹੋਈ ਗੱਡੀ ਨੇ ਔਨ ਰਿਕਾਰਡ ਨਹੀਂ ਗਈਆਂ ਠੀਕ ਹੈ ਜੀ ਕੋਈ ਇਹ ਨਹੀਂ ਗਈ ਸੋ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬ੍ਰਾਂਡ ਨਿਊ ਕੰਡੀਸ਼ਨ ਹੈ ਸ਼ੋਰੂਮ ਕੰਡੀਸ਼ਨ ਹੈ ਅੰਦਰਲੀ ਲੁੱਕ ਤੁਹਾਡੇ ਸਾਹਮਣੇ ਜੀ ਬਰੀਜ਼ਾ ਜੈਡ ਡੀ ਆਈ ਮਾਡਲ ਹੈ 2019 ਮਾਡਲ ਹੈ ਜੀ ਇਹ ਗੱਡੀ ਦੀ ਕੰਡੀਸ਼ਨ ਦੇਖ ਲਓ ਹਨਾ ਕਿਉਂਕਿ ਮੈਂ ਜੋ ਦਿਖਾਉਣਾ ਕਿਉਂਕਿ ਤੁਹਾਡੀ ਮੇਰੀ ਰਿਸਪੌਂਸਿਬਿਲਟੀ ਬਣਦੀ ਹੈ ਜਿੰਮੇ ਦੀ ਗੱਡੀ ਹੈ ਉਹ ਤੁਹਾਨੂੰ ਦਿਖਾਈ ਜਾਵੇ ਪ੍ਰੋਪਰ ਤਰੀਕੇ ਦੇ ਨਾਲ ਕਿਆਂ ਤਾਂ ਜੇ ਤੁਸੀਂ ਜੇ ਵਿਸਟ ਤੇ ਸ਼ਾਪ ਤੇ ਵਿਸਟ ਕਰਦੇ ਹੋ ਤੁਹਾਨੂੰ ਐਕਚੁਅਲ ਦੇ ਵਿੱਚ ਉਹ ਗੱਡੀ ਮਿਲੇ ਉੱਥੇ ਬਰੀਜ਼ਾ ਜੀ 2019 ਮਾਡਲ ZDI ਰੇਟ ਰੱਖਈ ਜਾਂਦੇ ਨੇ 9.5 ਲੱਖ ਰੁਪਈਆ ਸ਼ੋਰੂਮ ਕੰਡੀਸ਼ਨ ਹੈ ਗੱਡੀ ਦੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਇਨੋਵਾ ਕ੍ਰਿਸਟਾ ਦੋਸਤੋ ਇਨੋਵਾ ਕ੍ਰਿਸਟਾ ਕੰਡੀਸ਼ਨ ਤੋਂ ਮੈਂ ਦੋਹਰੋ ਫੇਰ ਕਹੂੰਗਾ ਸ਼ੋਰੂਮ ਕੰਡੀਸ਼ਨ ਹੈ ਜੀ ਠੀਕ ਹੈ ਬ੍ਰੈਂਡ ਨਿਊ ਟਾਇਰ ਬ੍ਰੈਂਡ ਨਿਊ ਅਲਾਈ ਨੰਬਰ ਲੱਗਿਆ ਹੈ ਦੋਸਤੋ ਮਤਲਬ ਬਹੁਤ ਘੱਟ ਚੱਲਿਆ ਹੋਈਆਂ ਗੱਡੀਆਂ ਨੇਗੀਆਂ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਈਆਂ ਤਾਂ ਕਰਕੇ ਇਹਨਾਂ ਦੇ ਰੇਟ ਹਾਈ ਲੱਗਣਗੇ ਤੁਹਾਨੂੰ ਹਨਾ ਕਿਉਂਕਿ ਕਿੰਨੇ ਦੀ ਚਲਾਈ ਬਹੁਤ ਹੀ ਜ਼ਿਆਦਾ ਘੱਟ ਹੋਈ ਹੋਈ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹ ਜੀ ਐਕਸਟੀਰੀਅਰ ਕੰਡੀਸ਼ਨ ਦੀ ਦੋਸਤੋ ਕੋਈ ਪਾਰਟ ਮਿਸਿੰਗ ਨਹੀਂ ਹੋਊਗਾ ਕੋਈ ਪਾਰਟ ਡੈਮੇਜ ਨਹੀਂ ਹੋਊਗਾ ਕੋਈ ਸਕ੍ਰੈਚ ਵਗੈਰਾ ਵੀ ਨਹੀਂ ਹੋਊਗਾ A1 A1 ਇੱਕ ਵਰਡ ਹੁੰਦਾ ਹਨਾ ਵੀ ਆਪਾਂ A1 ਕੰਡੀਸ਼ਨ ਦੀ ਗੱਲ ਕੀਤੀ ਜਾਵੇ ਤੱਜ ਦੀ ਜੋ ਵੀਡੀਓ ਦੇ ਵਿੱਚ ਨੇ ਸਾਰੀਆਂ ਗੱਡੀਆਂ A1 ਕੰਡੀਸ਼ਨ ਦੇ ਵਿੱਚ ਨੇ ਸ਼ੋਰੂਮ ਕੰਡੀਸ਼ਨ ਨੇ ਸਾਰੀਆਂ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਮਤਲਬ ਜਿਹੜੀ ਗੱਡੀ ਆਪਾਂ ਸ਼ੋਅਰੂਮ ਦੇ ਵਿੱਚ ਲੈਣ ਜਾਂਦੇ ਆ ਨਾ ਯਾਰ ਆਪਾਂ ਗੱਡ ਨਵੀਂ ਗੱਡੀ ਲੈ ਕੇ ਆਣੀ ਆ ਬਿਲਕੁਲ ਓਦਾਂ ਦੀਆਂ ਗੱਡੀਆਂ ਤੁਹਾਨੂੰ ਇੱਥੇ ਅੱਜ ਦੇਖਣ ਨੂੰ ਮਿਲਣਗੀਆਂ ਇਹ ਵੀਡੀਓ ਸਪੈਸ਼ਲ ਦੁਬਾਰੋ ਫੇਰ ਕਹਿ ਦਿੰਨਾ ਉਹਨਾਂ ਲਈ ਆ ਜੋ ਸ਼ੋਅਰੂਮ ਚ ਲੈਣ ਨੇ ਨਵੀਂ ਗੱਡੀ ਖਰੀਦਣ ਦੇ ਲਈ ਇਨੋਵਾ ਕ੍ਰਿਸਟਾ 2018 V ਮਾਡਲ ਆਈ ਇਹ ਇਹਨਾਂ ਦੀ ਵੀ ਅਡਰਲਗਲਗ ਕੈਟਾਗਰੀ ਜਾਂਦੇ ਨੇ V ਮਾਡਲ ਚੁਣਨ ਦੇ ਮਾਡਲ ਰੱਖਿਆ ਜੀ ਦੀ 19 ਲੱਖ ਰੁਪਈਆ ਦੁਬਾਰ ਫੇਰ ਕਹਿ ਦਿੰਨਾ ਜੀ ਇਹ ਅੱਜ ਦੀ ਵੀਡੀਓ ਉਹਨਾਂ ਲਈ ਆ ਜੋ ਗੱਡੀਆਂ ਨਵੀਆਂ ਲੈਣ ਲਈ ਚੱਲੇ ਨੇ ਠੀਕ ਹੈ ਜੀ ਰੇਟ ਫਿਕਸ ਨਹੀਂ ਹੈਗੇ ਜਦੋਂ ਆਪਾਂ ਡੀਲ ਕਰਨੀ ਹੋਊਗੀ ਤਾਂ ਸੋਨੂੰ ਮਤਲਬ ਆਪਣੇ ਜੇ ਕੱਟ ਜਾਣਗੇ ਹਨਾ ਕੋਈ ਫਿਕਸ ਨਹੀਂ ਹੁੰਦੇ ਦੋਸਤ ਫੇਰ ਕਹਦਣਾ ਬਲੈਰੋ ਆਗੇ ਆਪਣੇ ਕੋਲ ਐਸ ਐਲ ਐਕਸ ਮਾਡਲ ਹੈ ਜੀ ਬਲੈਰੋ ਦਾ ਐਸ ਐਲ ਐਕਸ ਮਾਡਲ ਆ ਬ੍ਰੈਂਡ ਨਿਊ ਟਾਇਰ ਬ੍ਰੈਂਡ ਨਿਊ ਅਲਾਈ ਪਾਇਨੇਗੇ ਸਾਰੀ ਗੱਡੀ ਬ੍ਰੈਂਡ ਨਿਊ ਆ ਠੀਕ ਹੈ ਜੀ ਐਕਸਟੀਰੀਅਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੰਦਰਲੀ ਲੁੱਕ ਵੀ ਤੁਹਾਨੂੰ ਮੈਂ ਦਿਖਾਨਾ ਵੀ ਕੀ ਕੁਝ ਐਕਸੈਸਰੀ ਲੱਗੀ ਹੋਈ ਹੈ ਕੀ ਕੁਝ ਇਹਦੇ ਵਿੱਚ ਐਕਸਟਰਾ ਹੈਗਾ ਜਾ ਇਹਦੀ ਅੰਦਰਲੀ ਕੰਡੀਸ਼ਨ ਕਿਵੇਂ ਦੀ ਹੈ ਸੀਟਸ ਕਵਰ ਡੈਸ਼ਬੋਰਡ ਸਟੀering ਜੋ ਵੀ ਕੁਛ ਹੈ ਨਾ ਕੋਈ ਪਾਰਟ ਮਿਸਿੰਗ ਤੇ ਨਹੀਂ ਕੋਈ ਪਾਰਟ ਸਕਰੈਚ ਤੇ ਨਹੀਂ ਕਿਉਂਕਿ ਇਹ ਜੱਲੀ ਗੱਡੀ ਦੇ ਵਿੱਚ ਐਕਸੀਡੈਂਟ ਦਾ ਬਿਲਕੁਲ ਵੀ ਨਹੀਂ ਹੈ ਗਿਆ ਇੱਥੇ ਮੈਂ ਆਪਾਂ ਗੱਲ ਕਰਾਂਗੇ ਸਕਰੈਚਸ ਦੀ ਸਕਰੈਚ ਵੀ ਨਹੀਂ ਹੋਣਗੇ ਗੱਡੀਆਂ ਦੇ ਵਿੱਚ ਤੁਹਾਨੂੰ ਮੈਂ ਦੇਖਣ ਨੂੰ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਲੈਰੋ ਗੱਡੀ 2017 ਮਾਡਲ ਐਸ ਐਲ ਐਕਸ ਮਾਡਲ ਹੈ ਇਹਨਾਂ ਨੇ ਐਜ਼ਰ ਰੇਟ ਰੱਖਿਆ ਜੀ 7.5 ਲੱਖ ਰੁਪਈਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਲੁੱਕ ਦੇਖ ਲੋ ਦੋਸਤ ਜਿੰਨੀਆਂ ਵੀ ਗੱਡੀਆਂ ਨੇ ਯਾਰ ਜਮੀ ਬਿਲਕੁਲ ਜਮੀ ਨਿਊ ਨਾ ਅਨਟੱਚ ਗੱਡੀਆਂ ਨੇ ਚੱਲੀਆਂ ਵੀ ਕੁਝ ਨਹੀਂ ਹੋਇਆ ਦੋੜ ਫੇਰ ਰਿਪੀਟ ਕਰ ਦਿੰਨਾ ਕੋਈ 9000 ਕੋਈ 7000 ਕੋਈ 8000 ਕੋਈ 10000 ਕੋਈ 11000 ਇੰਨੀ ਕੁ ਕਿਲੋਮੀਟਰ ਔਨ ਰਿਕਾਰਡ ਚੱਲੀਆਂ ਹੋਈਆਂ ਨੇ ਇਹਨਾਂ ਕੋਲ ਸੋ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਕਾਰਪਿਓ ਗੱਡੀ ਜੋ ਕਿ ਮਤਲਬ ਕਾਫੀ ਜੇ ਮੈਨੂੰ ਕਮੈਂਟ ਆਇਆ ਸੀ ਗੱਡੀ ਪਿੱਛੇ ਬਰੇ ਸਕਾਰਪਿਓ ਦਿਖਾਈ ਜਾਵੇ ਸਕਾਰਪ ਮਿਲੀ ਤਾਂ ਹੈਗੀ ਆ ਬਟ ਹਾਈ ਰੇਂਜ ਹੋਊਗਾ ਥੋੜਾ ਕਿਉਂਕਿ ਨਵੀਂ ਗੱਡੀ ਹੈ ਨਵੀਂ ਕੰਡੀਸ਼ਨ ਦੇ ਵਿੱਚ ਹੈ AS7 ਮਾਡਲ ਹੈ ਇਸ ਸਕਾਰਪੀਓ ਦਾ 2018 ਮਾਡਲ ਹੈ S7 ਹੈ ਬ੍ਰਾਂਡ ਨਿਊ ਟਾਇਰ ਪਏ ਨੇ ਬ੍ਰਾਂਡ ਨਿਊ ਅਲਾਈਨ ਹੈ ਬ੍ਰਾਂਡ ਨਿਊ ਕੰਡੀਸ਼ਨ ਹੈ ਬਿਲਕੁਲੀ ਜਿਹੇ ਜਿਹੇ ਆਪਾਂ ਸ਼ੋਅਰੂਮ ਦੇ ਵਿੱਚ ਗੱਡੀ ਲੈਣ ਚੱਲੇ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸੈਕੰਡ ਹੈਂਡ ਗੱਡੀਆਂ ਦੇ ਵਿੱਚ ਮਤਲਬ ਯਾਰ ਇੱਥੇ ਵੀ ਜੇ ਤੁਹਾਨੂੰ ਪੈਸਿਆਂ ਦਾ ਬਚਤਤਾ ਹੋ ਗਈ ਤੇ ਹਾਂ ਦੋਸਤੋ ਤੇ ਮਤਲਬ ਤੁਸੀਂ ਇਹਨਾਂ ਕਿਸਤਾਂ ਨੂੰ ਲੋਨ ਦੇ ਹਿਸਾਬ ਦੇ ਨਾਲ ਵੀ ਖਰੀਦ ਸਕਦੇ ਹੋ ਹਨਾ ਜੇ ਕਿਸ ਨੂੰ ਲੋੜ ਹੈ ਕਿ ਹਾਂ ਕਿ ਕਿਸ਼ਤਾਂ ਤੇ ਲੈਣੀ ਹੋਵੇ ਹਨ ਜਾਂ ਗੱਡੀਆਂ ਦੇ ਫਾਈਨਾਂਸ ਵਗੈਰਾ ਸਭ ਕੁਝ ਅਵੇਲੇਬਲ ਹੈਗਾ ਇੰਨਾਂ ਗੱਡੀਆਂ ਦੇ ਉੱਪਰ ਸਕਾਰਪੀਓ ਜੀ S7 2018 ਮਾਡਲ ਹੈ ਤੇ ਮਤਲਬ ਸਵਾ 13 ਲੱਖ ਰੁਪਈਆ ਦੀ ਡਿਮਾਂਡ ਹੈ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਦੋ ਵਾਰ ਫੇਰ ਕਹਿ ਦਿੰਨਾ ਛਾਪਾ ਸ਼ਾਪ ਦੇ ਓਨਰ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਕੰਟੈਕਟ ਨੰਬਰ ਤੇ ਐਡਰੈਸ ਤੁਹਾਨੂੰ ਆਪਾਂ ਦਿਖਾਣੇ ਆ ਤੇ ਚਲਦੇ ਆਂ हां जी दोस्तों ਜਿੰਨੇ ਵੀ ਗੱਡੀਆਂ ਤੁਹਾਨੂੰ ਦੇਖ ਕੇ ਲਈਆਂ ਆਉਣੀਆਂ ਨੇ ਯਾਰ ਬ੍ਰਾਂਡ ਨਿਊ ਗੱਡੀਆਂ ਨੇਗੀਆਂ ਬਹੁਤ ਹੀ ਘੱਟ ਚੱਲੀਆਂ ਹੋਈਆਂ ਸੋ ਆਪਾਂ ਸ਼ਾਪ ਦੇ ਅੰਦਰ ਜੀ ਜੇਪੀ ਬਸਰ ਸਿੰਘ ਜੀ ਕੋਲ ਬੈਠੇ ਆਂ ਇੰਨੇ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਕੋਲ ਕਿੱਦਾਂ ਦੀਆਂ ਗੱਡੀਆਂ ਨੇ ਪੇਪਰ ਵਰਕ ਬਾਰੇ ਜੋ ਵੀ ਤੁਹਾਡੀ ਕੁਐਰੀ ਹੋਗੀ ਸੋ ਜੇ ਵੀ ਬਸਰ ਜੀ ਕੋਲ ਆ ਕੇ ਆਪਣੇ ਦਰਸ਼ਕਾਂ ਨੂੰ ਜੁੜ ਦੱਸ ਦੋ ਗੱਡੀਆਂ ਬਾਰੇ ਤੁਹਾਨੂੰ ਦੇ ਪੇਪਰ ਡਾਕੂਮੈਂਟਸ ਜੋ ਵੀ ਕੁਝ ਹੈਗਾ ਕਿੰਨੇ ਆਪਣੇ ਕੋਲ ਸਾਰੀਆਂ ਵਿਜ਼ਿਬਲ ਮੈਕ ਨਹੀਂ ਆ ਘੱਟ ਚੱਲੀਆਂ ਮਿਲ ਗਈਆਂ ਤੇ ਪੇਪਰ ਵਰਕ ਸਾਨੂੰ ਪੂਰਾ ਕੰਪਲੀਟ ਕਰੂਗਾ ਬਾਕੀ ਗੱਡੀਆਂ ਦੀ ਕੰਡੀਸ਼ਨ ਦੇਖ ਕੇ ਮੈਨੂੰ ਲੱਗਿਆ ਜਿਵੇਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਹੈ ਨਾ ਟੋਟਲੀ ਸੋ ਇੱਕ ਵਾਰੀ ਆਪਣੇ ਦੱਸ ਤਾ ਮੇਰਾ ਕੰਟੈਕਟ ਨੰਬਰ ਤੇ ਆਪਣਾ ਪ੍ਰੋਪਰ ਐਡਰੈਸ ਦੱਦੋ ਸ਼ੌਕ ਦਾ ਕੰਟੈਕਟ ਨੰਬਰ ਆਪਣਾ 8568807786 ਤੇ ਐਡਰੈਸ ਹੈਗਾ ਆਪਣਾ ਫਾਈਟ ਗੇ ਚੌਂਕ ਜੱਖਣ ਰੋਡ ਆਪੋਜੀਟ ਪ੍ਰਾਈਮ ਹਸਪੀਟਲ ਸ਼ੌਪ ਦਾ ਨਾਮ ਜਰੂਰ ਮੈਂਸ਼ਨ ਕਰਨਾ ਸ਼ੌਪ ਦਾ ਨਾਮ ਬਾਂਸਲ ਕਾਰਪੋਰੇਟ ਸੁਨਾਮ ਬਾਂਸਲ ਕਾਰਪੋਰੇਟ ਸੁਨਾਮ ਹੈ ਜੀ ਬਾਕੀ ਨਾਲ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਹੀ ਮੈਂਸ਼ਨ ਹੋਊਗਾ ਸੋ ਪਲੀਜ਼ ਕੋਸ਼ਿਸ਼ ਕਰੋ ਕਿ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬਿਚਾਲੇ ਕਾਲ ਕਰਨ ਦੀ ਸੋ ਇੱਕ ਛੋਟੀ ਜੀ ਸਾਡੇ ਕਸਟਮਰ ਨੂੰ ਕੁਐਰੀ ਹੋ ਰਹੀ ਹੈ ਕਿ ਜਿੰਨੇ ਆਪਰੇਟ ਰੇਟ ਦੱਸੇ ਗਏ ਨੇ ਏ ਬੀ ਉਹਨਾਂ ਨੂੰ ਕਈ ਵਾਰ ਲੱਗਦਾ ਕਿ ਐਵਰੇਜ ਕਾਫੀ ਜਿਆਦਾ ਹੈ ਨਾ ਉਹਨਾਂ ਦਾ ਡਾਊਟ ਥੋੜਾ ਜਿਹਾ ਕਲੀਅਰ ਕਰ ਦੋ ਕਿ ਜਿੰਨੇ ਫਿਟ ਦੱਸੇ ਨੇ ਉਹ ਐਵਰੇਜ ਨੇ ਉਹਨਾਂ ਦੇ ਟੇਬਲ ਨੇਗੋਸ਼ੀਏਬਲ ਹੋ ਜਾਣਾ ਹਾਂ ਉਹਨਾਂ ਦੇ ਕੇਵਲ ਨੇਗੋਸ਼ੀਏਟ ਹੋਉਂਦਾ ਨੇ ਸੋ ਦੋਸਤੋ ਜਨ ਲਈ ਇਹ ਨਾ ਖੁਦ ਕਹਿ ਕੇ ਉਹਨਾਂ ਦੇ ਟੇਬਲ ਰੇਟ ਨੇਗੋਸ਼ੀਏਬਲ ਹੋਣਗੇ ਬਾਕੀ ਦੋਸਤੋ ਗੱਡੀਆਂ ਬ੍ਰਾਂਡ ਨਿਊਸ ਜਾਂ ਬਹੁਤ ਹੀ ਜਿਆਦਾ ਘੱਟ ਚੱਲੇ ਹੋਈਆਂ ਮੇਰੇ ਸਾਬ ਨਾਲ 9-10000 ਮੁਸ਼ਕਿਲ ਨਾਲ ਚੱਲੇ ਹੋਣਗੇ ਨਾ ਸੋ ਦੋਸਤੋ ਗੱਡੇ ਕੇ ਮੈਂ ਲੱਗੀਆਂ ਕਮੈਂਟਰ ਕਿ ਜੇ ਦੱਸਿਓ ਉਹਦੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸਾਡੇ ਚੈਨਲ ਨੂੰ ਕਰ ਲਈਏ ਸਬਸਕ੍ਰਾਈਬ ਥੈਂਕ ਯੂ so much ਇਹ ਹੈ ਜੀ ਇਹਨਾਂ ਦਾ ਸ਼ਾਪ ਦਾ ਐਡਰੈਸ ਬੰਸਲਕਾਰ ਪੁਆਇੰਟ ਦੇ ਨਾਮ ਤੇ ਆਈਟੀਆਈ ਚੌਂਕ ਦੇ ਵਿੱਚ ਸੋ ਦੋਸਤੋ ਦੁਬਾਰੋ ਫੇਰ ਜੀ ਇਹ ਤੁਹਾਡੇ ਮੋਬਾਈਲ ਦੀ ਸਕਰੀਨ ਹੈ ਜਿਵੇਂ ਕਿ ਤੁਸੀਂ ਵੀਡੀਓ ਚੱਲ ਰਹੀ ਹੈ ਨਾ ਤਾਂ ਤੁਹਾਨੂੰ ਦਿਖ ਰਿਹਾ ਹੋਊਗਾ ਨੀਚੇ ਯਾਰ ਪੀਵੀ ਤੇਰਾ ਪ੍ਰੋਡਕਸ਼ਨ ਦੇ ਨਾਲ ਲੱਗ ਕੇ ਸਬਸਕ੍ਰਾਈਬ ਐਸ ਤੋਂ ਲਾਲ ਅੱਖਰਾਂ ਦੇ ਵਿੱਚ ਬਟਨ ਹੈ ਨਾ بس ਯਾਰੋ ਮੈਂ ਛੋਟੋ ਕੋਈ ਜ਼ਿਆਦਾ ਡਿਮਾਂਡ ਨਹੀਂ ਕਰਦਾ ਪਲੀਜ਼ ਮੇਰੀ ਛੋਟੀ ਜੀ ਹੈਲਪ ਲਾ ਲਓ ਛੋਟੀ ਜੀ ਸਪੋਰਟ ਲਾ ਲਓ ਜੇ ਤੁਸੀਂ ਹਾਲੇ ਤੱਕ ਉਹ ਲਾਲ ਰੰਗ ਦੇ ਬਟਨ ਦੇ ਉੱਪਰ ਕਲਿੱਕ ਨਹੀਂ ਕੀਤਾ ਤਾਂ ਪਲੀਜ਼ ਇੱਕ ਆਪਣਾ ਛੋਟਾ ਬ੍ਰਦਰ ਸਮਝ ਕੇ ਜਾਂ ਕਿਵੇਂ ਵੀ ਲਾ ਲਓ ਯਾਰ ਮੇਰੀ ਮਿਹਨਤ ਦਾ ਮੈਨੂੰ ਮੁੱਲ ਮਿਲ ਜਾਣਾ ਸੋ ਪਲੀਜ਼ ਇੱਥੇ ਇੱਕ ਵਾਰੀ ਕਰ ਦਿਓ ਜੀ ਕਲਿੱਕ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਠੀਕ ਹੈ ਜੀ ਕਿਉਂਕਿ ਇਹਦੇ ਨਾਲ ਯਾਰ ਮੈਨੂੰ ਥੋੜਾ ਜਿਹਾ ਹੌਸਲਾ ਆ ਜਾਂਦਾ ਥੋੜੀ ਜਿਹੀ ਮੇਰੀ ਸਪੋਰਟ ਮਿਲ ਜਾਂਦੀ ਹੈਗੀ ਜੇ ਵੀਡੀਓ ਵਧੀਆ ਲੱਗੀ ਯਾਰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕੋਈ ਯਾਰ ਮਿੱਤਰ ਜਾਂ ਦੋਸਤ ਨਵੀਂ ਗੱਡੀ ਲੈਣ ਚਲੇ ਉਹਨਾਂ ਲਈ ਸਪੈਸ਼ਲ ਵੀਡੀਓ ਹੈ ਸ਼ੇਅਰ ਕਰ ਦਿਓ ਆਪਣੇ ਗਰੁੱਪਸ ਵਗੈਰਾ ਦੇ ਵਿੱਚ ਥੈਂਕ ਯੂ ਸੋ ਮੱਚ ਜੀ ਜੀ